Wish to study and settle abroad? With India's most trusted company, more than 3,000 plus visas in the past year. Meet international delegates. Get scholarship up to rupees 40 lakhs. More than 2,000 plus programs to choose from. Awarded number one consultant by Canadian and American institutes. Visit www.landmarkimmigration.com. ਸਤਿ ਸ਼੍ਰੀ ਅਕਾਲ ਜੀ, ਤੁਸੀਂ ਅਜੀਤ ਵੈੱਬ ਟੀ ਵੀ ਦੇਖ ਰਹੇ ਹੋ। ਮੈਂ ਹਾਂ ਸਵਰਨ ਸਿੰਘ ਟਹਿਣਾ ਅਤੇ ਹਰ ਰੋਜ਼ ਦੀ ਤਰ੍ਹਾਂ ਹੀ ਅਜੀਤ ਖਬਰਾਂ ਦਾ ਵਿਸ਼ੇਸ਼ ਬੁਲੇਟਿਨ ਲੈ ਕੇ ਹਾਜ਼ਰ ਹਾਂ। ਸਭ ਤੋਂ ਪਹਿਲਾਂ ਸੁਰਖੀਆਂ ਤੇ ਚਾਰ। ਨਵਜੋਤ ਸਿੰਘ ਸਿੱਧੂ ਕਰਕੇ ਨਹੀਂ ਖੁੱਲ੍ਹਿਆ ਕਰਤਾਰਪੁਰ ਸਾਹਿਬ ਦਾ ਲਾਂਘਾ, ਕਿਹਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ। ਮਨਪ੍ਰੀਤ ਸਿੰਘ ਬਾਦਲ ਦੇ ਉੱਤੇ ਭੜ ਕੇ ਦਾਦੂਵਾਲ, ਕਿਹਾ ਬਠਿੰਡੇ ਵਿੱਚ ਚਲਾ ਰਹੇ ਨੇ ਤਾਨਾਸ਼ਾਹੀ ਰਾਜ। ਅੰਮ੍ਰਿਤਸਰ ਵਿਖੇ ਫੈਕਟਰੀ ਦੇ ਵਿੱਚ ਧਮਾਕਾ, ਦੋ ਨੌਜਵਾਨ ਜ਼ਖਮੀ। ਡੇਰਾ ਬਾਬਾ ਨਾਨਕ ਉਤਸਵ ਦੀ ਹੋਈ ਸ਼ੁਰੂਆਤ, ਰੰਧਾਵਾ ਨੇ ਕੀਤੀ ਮੇਜ਼ਬਾਨੀ। ਅਤੇ ਆਮ ਆਦਮੀ ਪਾਰਟੀ ਦੇ ਪੰਜ ਵਿਧਾਇਕਾਂ ਨੂੰ ਕਰਤਾਰਪੁਰ ਸਾਹਿਬ ਜਾਣ ਦੀ ਨਹੀਂ ਮਿਲੀ ਇਜਾਜ਼ਤ। ਅਤੇ ਹੁਣ ਖਬਰਾਂ ਦਾ ਵਿਸਥਾਰ। ਸਾਬਕਾ ਮੁੱਖ ਮੰਤਰੀ ਪੰਜਾਬ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅੱਜ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਦੇ ਲਈ ਪਹੁੰਚੇ। ਇਸ ਤੋਂ ਬਾਅਦ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਰਤਾਰਪੁਰ ਸਾਹਿਬ ਲਾਂਘਾ ਨਵਜੋਤ ਸਿੰਘ ਸਿੱਧੂ ਕਰਕੇ ਨਹੀਂ, ਸਗੋਂ ਸਿੱਖ ਸੰਗਤਾਂ ਦੀਆਂ ਅਰਦਾਸਾਂ ਅਤੇ ਜਥੇਦਾਰ ਵਡਾਲਾ ਵੱਲੋਂ ਲੰਮੇ ਸਮੇਂ ਤੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦਾ ਨਤੀਜਾ ਹੈ। ਉਹਨਾਂ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਰਤਾਰਪੁਰ ਸਾਹਿਬ ਲਾਂਘੇ ਨੂੰ ISI ਦੀ ਸਾਜਿਸ਼ ਕਰਾਰ ਦਿੱਤੇ ਜਾਣ ਦੀ ਵੀ ਨਿੰਦਿਆ ਕੀਤੀ। ਦੇਖੋ ਨਾ, ਇਹ ਹੋਰ ਫੋਲਸ ਵੀ ਹੈ, ਹੋਰ ਕਈ ਥਾਵਾਂ 'ਤੇ ਹੈ। ਇਹ ਲਾਂਘੇ ਤਾਂ ਮੁਲਕਾਂ 'ਚ ਹੁੰਦੇ ਆ, ਰਸਤੇ ਹੁੰਦੇ ਆ ਜਾਣ ਦੇ। ਨਵਜੋਤ ਸਿੰਘ ਸਿੱਧੂ ਕਾਂਗਰਸ ਤੋਂ ਵੀ ਕਿਤੇ ਨਾ ਕਿਤੇ ਨਾਰਾਜ਼ ਚੱਲ ਰਹੇ, ਬੜੇ ਚੁੱਪ ਰਹਿੰਦੇ ਨੇ, ਕੀ ਕਹਿਣਾ ਚਾਹੋਗੇ, ਸਲਾਹ ਕੀ ਦਿਓਗੇ? ਤੁਹਾਡੇ ਬੜੇ ਨਜ਼ਦੀਕੀ ਰਹੇ ਆ, ਤੁਹਾਨੂੰ ਆਪਣਾ ਪਿਓ ਮੰਨਦੇ ਸੀ ਅਤੇ ਉਹ ਕਾਫੀ ਨਜ਼ਦੀਕੀ ਰਹੇ ਤੁਹਾਡੇ। ਮੈਂ ਤਾਂ ਸਾਰਿਆਂ ਨੂੰ ਆਪਣਾ ਪਰਿਵਾਰ ਦਾ ਅੰਗ ਸਮਝ, ਮੈਂ ਕਿਸੇ ਨਾਲ ਨਾ ਨਫ਼ਰਤ ਕੀਤੀ ਹੈ ਨਾ ਨਫ਼ਰਤ। ਨਹੀਂ, ਸਿੱਧੂ ਬਾਰੇ ਮੈਂ ਪੁੱਛ ਰਿਹਾ ਜੀ। ਸਿੱਧੂ ਨੂੰ ਮੈਂ ਕਿਹੜਾ ਨਫ਼ਰਤ ਕਰਦਾ? ਗੁਰੂ ਸਾਹਿਬ ਨੇ ਕੀ ਆਇਆ, ਮਾਨਸ ਕੀ ਜਾਤ ਸਭ ਦੇਖ ਕੇ ਪਛਾਣ ਲਓ, ਤੁਸੀਂ ਗੁਰੂ ਦੀ ਗੱਲ ਮੰਨੀ ਹੈ ਕਿ ਕਿਸੇ ਹੋਰ? ਅੱਛਾ, $20 ਦੀ ਫੀਸ ਦੇ ਉੱਤੇ ਕੀ ਕਰੋਗੇ? ਬਿਲਕੁਲ ਤਲਵੰਡੀ ਸਾਬੋ ਦੇ ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਕਪੂਰਥਲਾੜੀ ਜੇਲ੍ਹ ਦੇ ਵਿੱਚੋਂ ਰਿਹਾਅ ਹੋਣ ਤੋਂ ਬਾਅਦ ਬਠਿੰਡਾ ਪਹੁੰਚੇ ਅਤੇ ਉਹਨਾਂ ਨੇ ਸਿੱਖ ਸੰਗਤਾਂ ਨਾਲ ਮਿਲ ਕੇ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਦੀ ਵਧਾਈ ਦਿੱਤੀ। ਇਸ ਤੋਂ ਬਾਅਦ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਬਠਿੰਡਾ ਵਿੱਚ ਤਾਨਾਸ਼ਾਹੀ ਰਾਜ ਚਲਾ ਰਹੇ ਨੇ। ਬਠਿੰਡਾ ਦੇ ਸਿਵਲ ਲਾਈਨ ਕਲੱਬ ਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਮਨਾਇਆ ਜਾਣਾ ਸੀ, ਪਰ ਮਨਪ੍ਰੀਤ ਬਾਦਲ ਨੇ ਡਰਾਮਾ ਰਚ ਕੇ ਦਾਦੂਵਾਲ ਨੂੰ ਜੇਲ੍ਹ ਦੇ ਵਿੱਚ ਬੰਦ ਕਰਵਾ ਦਿੱਤਾ, ਜਿਸ ਦਾ ਫੈਸਲਾ ਹਾਈਕੋਰਟ ਦੇ ਵੱਲੋਂ ਕੀਤਾ ਗਿਆ ਕਿ ਬਠਿੰਡਾ ਦੇ ਸਿਵਲ ਲਾਈਨ ਕਲੱਬ ਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਮਨਾਉਣਾ ਗਲਤ ਗੱਲ ਨਹੀਂ ਹੈ। ਦਾਦੂਵਾਲ ਨੇ ਕਿਹਾ ਕਿ ਮਨਪ੍ਰੀਤ ਨੂੰ ਤਾਨਾਸ਼ਾਹੀ ਰਵੱਈਆ ਛੱਡ ਕੇ ਲੋਕਾਂ ਨਾਲ ਜੁੜਨਾ ਚਾਹੀਦਾ ਹੈ। ਇਸ ਦੇ ਨਾਲ ਹੀ ਦਾਦੂਵਾਲ ਨੇ ਕਿਹਾ ਕਿ ਕਰਤਾਰਪੁਰ ਕੋਰੀਡੋਰ ਦੇ ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਨਵਜੋਤ ਸਿੰਘ ਸਿੱਧੂ ਦਾ ਵਿਸ਼ੇਸ਼ ਯੋਗਦਾਨ ਹੈ, ਇਸ ਲਈ SGPC ਵੱਲੋਂ ਉਹਨਾਂ ਨੂੰ ਸਨਮਾਨਿਤ ਕਰਨਾ ਚਾਹੀਦਾ ਹੈ। ਗੁਰੂ ਨਾਨਕ ਹਾਲ ਅਤੇ ਲਾਇਬ੍ਰੇਰੀ ਸਿਵਲ ਲਾਈਨ ਕਲੱਬ ਬਠਿੰਡਾ ਵਿੱਚ 20 ਅਕਤੂਬਰ ਨੂੰ ਜੋ ਧੰਨ ਗੁਰੂ ਨਾਨਕ ਸਾਹਿਬ ਦਾ 550 ਸਾਲਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਸੀਗਾ, ਜਿਸ ਦੇ ਉੱਪਰ ਮਨਪ੍ਰੀਤ ਸਿੰਘ ਬਾਦਲ ਵਿੱਤ ਮੰਤਰੀ ਪੰਜਾਬ ਸਰਕਾਰ ਨੇ ਤਾਨਾਸ਼ਾਹੀ ਕਰਦਿਆਂ ਪਾਬੰਦੀ ਲਵਾਈ ਅਤੇ ਮੈਨੂੰ ਮੇਰੇ ਸਾਥੀਆਂ ਨੂੰ ਵੱਖ ਵੱਖ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ 'ਚੋਂ ਗ੍ਰਿਫਤਾਰ ਕਰਕੇ ਜੇਲ੍ਹਾਂ 'ਚ ਨਜ਼ਰਬੰਦ ਕੀਤਾ ਅਤੇ ਝੂਠੇ ਮੁਕੱਦਮੇ ਪਾਏ ਗਏ। ਮੈਨੂੰ 20 ਦਿਨ ਕਪੂਰਥਲਾ ਦੀ ਜੇਲ੍ਹ ਦੇ ਵਿੱਚ ਬੰਦ ਕੀਤਾ ਗਿਆ, ਪਰ ਮੈਨੂੰ ਇਸ ਗੱਲ ਦਾ ਮਾਣ ਆ ਕਿ ਮੈਂ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਮਨਾਉਣ ਵਾਸਤੇ 20 ਦਿਨ ਦੀ ਜੇਲ੍ਹ ਕੱਟੀ ਆ ਅਤੇ ਜਿਹੜੀ ਧੱਕੇਸ਼ਾਹੀ ਮਨਪ੍ਰੀਤ ਸਿੰਘ ਬਾਦਲ ਨੇ ਜਿਹੜੀ ਆ ਉਹ ਇੱਕ ਪਾਸੜ ਕਾਰਵਾਈ ਕਰਦਿਆਂ ਕੀਤੀ ਆ, ਉਹਦੇ ਉਹਨੂੰ ਅੱਜ ਮਾਣਯੋਗ ਹਾਈਕੋਰਟ ਨੇ ਵੀ ਗਲਤ ਕਰਾਰ ਦੇ ਦਿੱਤਾ। ਇੱਕ ਘੰਟਾ ਪਹਿਲਾਂ ਜਿਹੜਾ ਮਾਣਯੋਗ ਹਾਈਕੋਰਟ ਨੇ ਆਰਡਰ ਕੀਤਾ ਕਿ ਗੁਰੂ ਨਾਨਕ ਹਾਲ ਅਤੇ ਲਾਇਬ੍ਰੇਰੀ ਦੀ ਗਰਾਊਂਡ ਦੇ ਵਿੱਚ ਜਿਹੜਾ ਹੈ ਉੱਥੇ 10-11-12 ਨੂੰ ਗੁਰਪੁਰਬ ਜਿਹੜਾ ਉਹਦੇ 'ਚ ਮਨਾਉਣ 'ਚ ਕੋਈ ਰੁਕਾਵਟ ਨਾ ਆਈ ਜਾਵੇ। ਸੋ ਮੈਂ ਸਮਝਦਾ ਵੀ ਅੱਜ ਮਨਪ੍ਰੀਤ ਸਿੰਘ ਬਾਦਲ ਨੂੰ ਇਸ ਤੋਂ ਸਬਕ ਸਿੱਖਣਾ ਚਾਹੀਦਾ। ਜਨਤਾ ਦੇ ਚੁਣੇ ਹੋਏ ਨੁਮਾਇੰਦੇ ਕਰਤਾਰਪੁਰ ਦਾ ਲਾਂਘਾ ਖੁੱਲ੍ਹ ਰਿਹਾ, ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ, ਇਮਰਾਨ ਖਾਨ ਨੂੰ, ਨਵਜੋਤ ਸਿੰਘ ਸਿੱਧੂ ਨੂੰ ਅਤੇ ਜਥੇਦਾਰ ਕੁਲਦੀਪ ਸਿੰਘ ਵਡਾਲਾ ਦੀ ਜਥੇਬੰਦੀ ਨੂੰ ਇਸ ਗੱਲ ਦੀ ਜਿਹੜੀ ਆ ਉਹ ਮੁਬਾਰਕ ਦੇਣੀ ਚਾਹੁੰਦਾ ਕਿ ਉਹਨਾਂ ਜੱਦੋਜਹਿਦ ਕੀਤੀ, ਉਹਨਾਂ ਦੀਆਂ ਜਿਹੜੀਆਂ ਮਿਹਨਤਾਂ ਸੀ ਅੱਜ ਰੰਗ ਲਿਆਈਆਂ ਨੇ, ਕਰੋੜਾਂ ਲੋਕਾਂ ਦੀਆਂ ਜਿਹੜੀਆਂ ਅਰਦਾਸਾਂ ਸੀਗੀਆਂ ਉਹ ਰੰਗ ਲਿਆਈਆਂ। ਅੱਜ ਭਾਵੇਂ ਕ੍ਰੈਡਿਟ ਵਾਰ ਦੇ ਵਿੱਚ ਬਹੁਤ ਲੋਕ ਪਏ ਨੇ, ਪਰ ਉਹਨਾਂ ਦਾ ਮੈਂ ਸਮਝਦਾ ਇਸ ਗੱਲ ਦੇ ਉੱਤੇ ਕੋਈ ਹੱਕ ਨਹੀਂ ਹੈ। ਇਹ ਕਰੋੜਾਂ ਲੋਕਾਂ ਦੀਆਂ ਅਰਦਾਸਾਂ ਅਤੇ ਇਹ ਜਿਹੜੀ ਇਮਰਾਨ ਖਾਨ ਸਿੱਧੂ ਦੀ ਦੋਸਤੀ ਆ ਔਰ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਿਹੜੇ ਕਦਮ ਆ ਜਿਹੜੇ ਉਹਨਾਂ ਨੇ ਉੱਦਮ ਉਪਰਾਲਾ ਕੀਤਾ, ਹਾਂ ਕੀਤੀ ਆ, ਔਰ ਜਿਹੜੀਆਂ ਸੰਗਤਾਂ ਹਰ ਮੱਸਿਆ 'ਤੇ ਜਾ ਕੇ ਅਰਦਾਸ ਕਰਦੀਆਂ ਸੀ, ਮੈਂ ਸਮਝਦਾ ਕਿ ਉਹਨਾਂ ਨੂੰ ਸ਼੍ਰੀ ਹਰਿਮੰਦਰ ਸਾਹਿਬ ਸੱਦ ਕੇ ਸ਼੍ਰੋਮਣੀ ਕਮੇਟੀ ਵੱਲੋਂ ਸਨਮਾਨਿਤ ਵੀ ਕੀਤਾ ਜਾਣਾ ਚਾਹੀਦਾ।
ਅੰਮ੍ਰਿਤਸਰ ਦੀ ਇੱਕ ਫੈਕਟਰੀ ਦੇ ਵਿੱਚ ਧਮਾਕਾ ਹੋਣ ਦੀ ਖਬਰ ਪ੍ਰਾਪਤ ਹੋਈ ਹੈ। ਇਹ ਧਮਾਕਾ ਸਥਾਨਕ ਝਬਾਲ ਰੋਡ ਦੇ ਉੱਤੇ ਬਾਬਾ ਦੀਪ ਸਿੰਘ ਕਲੋਨੀ ਦੇ ਵਿੱਚ ਬੰਦ ਪਈ ਇੱਕ ਫੈਕਟਰੀ ਦੇ ਵਿੱਚ ਹੋਇਆ। ਇਸ ਹਾਦਸੇ ਦੇ ਵਿੱਚ 2 ਨੌਜਵਾਨ ਜ਼ਖਮੀ ਹੋਏ ਨੇ, ਜਿਨ੍ਹਾਂ ਨੂੰ ਇੱਥੋਂ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਮਾਮਲੇ ਦੀ ਜਾਣਕਾਰੀ ਮਿਲਦਿਆਂ ਹੀ DCP ਸਿਟੀ ਨੰਬਰ 2 ਹਰਜੀਤ ਸਿੰਘ ਧਾਲੀਵਾਲ ਅਤੇ ਹੋਰ ਪੁਲਿਸ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਧਮਾਕੇ ਦੇ ਕਾਰਨਾਂ ਦਾ ਹਾਲੇ ਤੱਕ ਕੁਝ ਵੀ ਪਤਾ ਨਹੀਂ ਲੱਗ ਸਕਿਆ। ਅਸੀਂ ਵੈਰੀਫਾਈ ਕਰਦੇ ਪਏ ਅਤੇ ਜਾਂਚ ਕਰਕੇ ਫਿਰ ਤੁਹਾਨੂੰ ਦੱਸਦੇ ਹਾਂ ਕੀ ਗੱਲ ਹੋਈ ਹੈ। ਅਜੇ ਤਾਂ ਕੁਛ ਫਾਲੋ ਨਹੀਂ ਹੋ ਰਿਹਾ ਅਤੇ ਜਦੋਂ ਪਤਾ ਲੱਗਦਾ ਫਿਰ ਤੁਹਾਨੂੰ ਦੱਸਦੇ ਹਾਂ। ਅਤੇ ਇੱਕ ਜ਼ਖਮੀ ਵੀ ਆਇਆ ਇਹਦੇ ਵਿੱਚ ਹੋਇਆ, ਆਪਣਾ ਮੁੰਡਾ ਜ਼ਖਮੀ ਹੋਇਆ, ਇੱਕ ਨੂੰ ਮੂਲੀ ਜਿਹੀਆਂ ਲੱਗੀਆਂ ਅਤੇ ਉਹ ਅਮਨਦੀਪ ਹੋਸਪਿਟਲ। ਕੀ ਇਨਫੋਰਮੇਸ਼ਨ ਕੀ ਸੀ? ਹਾਂ ਬੁਲਾਉਂਦੇ ਹਾਂ ਜੀ, ਦੇਖਦੇ ਹਾਂ, ਦੇਖਦੇ ਚੈੱਕਅਪ ਕਰੋ। ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਲੈ ਕੇ ਅੱਜ ਡੇਰਾ ਬਾਬਾ ਨਾਨਕ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਸਮਾਗਮਾਂ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਇਸ ਦੌਰਾਨ ਸ਼ੁਰੂਆਤ ਦੇ ਵਿੱਚ ਖਾਲਸਾ ਕਾਲਜ ਅੰਮ੍ਰਿਤਸਰ ਦੇ ਬੱਚਿਆਂ ਵੱਲੋਂ ਧਾਰਮਿਕ ਸ਼ਬਦ ਗਾਇਆ ਗਿਆ। ਇਸ ਸਮਾਗਮ ਦੀ ਮੇਜ਼ਬਾਨੀ ਜੇਲ੍ਹਾਂ ਅਤੇ ਸਹਿਕਾਰਤਾ ਵਿਭਾਗ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕੀਤੀ। ਇਸ ਦੇ ਨਾਲ ਹੀ ਸ਼ਤਾਬਦੀ ਸਮਾਗਮਾਂ ਨੂੰ ਲੈ ਕੇ ਡੇਰਾ ਬਾਬਾ ਨਾਨਕ ਦੇ ਵਿੱਚ ਚਹਿਲ ਪਹਿਲ ਵੱਧ ਗਈ ਹੈ। ਇਸ ਮੌਕੇ DGP ਦਿਨਕਰ ਗੁਪਤਾ ਵੱਲੋਂ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। और जो भी सिक्योरिटी अरेंजमेंट्स हैं वो सब अरेंजमेंट चल रहे हैं। कल बारिश आने की वजह से काफ़ी उसमें वो हुआ, थोड़ा विघ्न पड़ा, लेकिन वो सब चल रहा है। मैंने देख लिए हैं वेन्यूज़ वगैरह और वो सारा चल रहा है एज पर प्लान। चंद घंटों में सब कुछ अरेंज हो जाएगा सर? हाँ चल रहा है ये तो, क्योंकि मौसम की मार तो पड़ी। हाँ तो अभी चलो अच्छी बात है कि आज बारिश नहीं हुई है, धूप निकली हुई है और हमें पूरी उम्मीद है और सारे फोर्सेज हैं, सब लोग लगे हुए हैं, इंजीनियर्स जो लेबर है सभी सारे वेन्यूज पे काम चल रहा है। सर एक सवाल और है, जो लोग यहाँ पर दर्शन करने के लिए आएंगे उनके लिए कुछ खास अरेंजमेंट किया गया, क्योंकि कल तो इनॉग्रेशन है, उसके बाद जब दर्शन करने के लिए आएंगे तो पुलिस प्रशासन की तरफ से? हमने रेगुलर अरेंजमेंट्स हो गए हैं, जो लोग भी आएंगे जो रजिस्टर कर रहे हैं पोर्टल पे तो उन लोगों के लिए काफ़ी फैसिलिटीज हैं, पूरे इंतजाम हैं और पुलिस भी मुस्तैद है और सारा कुछ हो रहा है। ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਵਾਸਤੇ ਸ਼ਨੀਵਾਰ ਨੂੰ ਲਾਂਘਾ ਖੁੱਲ੍ਹਣ ਤੋਂ ਬਾਅਦ ਪਹਿਲਾ ਜਥਾ ਰਵਾਨਾ ਹੋ ਰਿਹਾ। ਉੱਥੇ ਆਮ ਆਦਮੀ ਪਾਰਟੀ ਦੇ 5 ਵਿਧਾਇਕਾਂ ਨੂੰ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਵਾਸਤੇ ਕੇਂਦਰ ਸਰਕਾਰ ਵੱਲੋਂ ਮਨਜ਼ੂਰੀ ਨਹੀਂ ਦਿੱਤੀ ਗਈ। ਇਹਨਾਂ ਵਿਧਾਇਕਾਂ ਦੇ ਵਿੱਚ ਮਾਸਟਰ ਬਲਦੇਵ ਸਿੰਘ ਸਮੇਤ ਸਰਬਜੀਤ ਕੌਰ ਮਾਣੂਕੇ, ਕੁਲਵੰਤ ਸਿੰਘ ਪਡੋਰੀ, ਮਨਜੀਤ ਸਿੰਘ ਬਿਲਾਸਪੁਰ ਅਤੇ ਜਗਤਾਰ ਸਿੰਘ ਜੱਗਾ ਹਿੱਸੋਵਾਲ ਸ਼ਾਮਲ ਨੇ। ਇਹਨਾਂ ਵਿਧਾਇਕਾਂ ਨੂੰ ਕੇਂਦਰ ਸਰਕਾਰ ਵੱਲੋਂ ਕਰਤਾਰਪੁਰ ਸਾਹਿਬ ਜਾਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ। ਫਿਲਹਾਲ ਇਹਨਾਂ ਨੂੰ ਮਨਜ਼ੂਰੀ ਨਾ ਦੇਣ ਦੇ ਕਾਰਨਾਂ ਦਾ ਹਾਲੇ ਤੱਕ ਕੁਝ ਵੀ ਪਤਾ ਨਹੀਂ ਲੱਗ ਸਕਿਆ। ਇਸ ਮਾਮਲੇ ਨੂੰ ਲੈ ਕੇ ਸੀਨੀਅਰ ਨੇਤਾ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਪੜਤਾਲ ਹੋਣੀ ਚਾਹੀਦੀ ਹੈ। ਦੱਸਣਯੋਗ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਵਾਸਤੇ ਕਰਤਾਰਪੁਰ ਲਾਂਘਾ ਸ਼ਨੀਵਾਰ ਨੂੰ ਖੋਲ੍ਹ ਦਿੱਤਾ ਜਾਣਾ ਹੈ। ਇਸ ਦੇ ਉਦਘਾਟਨ ਵਾਸਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਡੇਰਾ ਬਾਬਾ ਨਾਨਕ ਦੇ ਵਿੱਚ ਪਹੁੰਚ ਰਹੇ ਨੇ। ਲਾਂਘੇ ਦੇ ਉਦਘਾਟਨ ਨੂੰ ਲੈ ਕੇ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਨੇ। ਲਾਂਘਾ ਖੁੱਲ੍ਹਣ ਨੂੰ ਲੈ ਕੇ ਸੰਗਤ ਦੇ ਵਿੱਚ ਬੇਹੱਦ ਉਤਸ਼ਾਹ ਪਾਇਆ ਜਾ ਰਿਹਾ। ਲਾਂਘਾ ਖੁੱਲ੍ਹਣ ਤੋਂ ਬਾਅਦ ਰੋਜ਼ਾਨਾ ਤਕਰੀਬਨ 5,000 ਸ਼ਰਧਾਲੂ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰ ਕਰ ਸਕਣਗੇ। ਸੋ ਜਿਸ ਤਰ੍ਹਾਂ ਦਿੱਲੀ ਸਰਕਾਰ ਨੇ ਸਾਰਾ ਖਰਚਾ ਆਪਦੇ ਕੋਲੋਂ ਦੇ ਰਿਹਾ, ਤਾਂ ਪੰਜਾਬ ਸਰਕਾਰ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਦਾ ਕੰਮ ਹੀ ਜਿਹੜੇ ਸ਼ਰਧਾਲੂਆਂ ਨੂੰ ਗੁਰਦੁਆਰਿਆਂ ਦੇ ਵਿੱਚ ਸੁਵਿਧਾ ਉਪਲਬਧ ਕਰਾਉਣਾ, ਉਹਨਾਂ ਦੇ ਦਰਸ਼ਨ ਕਰਾਉਣੇ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਉਸੇ ਤਰ੍ਹਾਂ 'ਤੇ ਦੇਵੇ ਨਾ ਮਦਦ, ਉਹ ਸਾਡੇ ਪਾਸਪੋਰਟ ਬਣਾਉਣ 'ਚ ਮਦਦ ਕਰੇ, ਉਹ ਫੀਸ ਭਰੇ। ਔਰ ਕੇਂਦਰ ਸਰਕਾਰ ਜਿਹੜੀ ਮੋਦੀ ਸਾਹਿਬ ਦੀ ਸਰਕਾਰ ਹੈ, ਉਹਦਾ ਵੀ ਫਰਜ਼ ਬਣਦਾ ਜੇ ਦਿੱਲੀ ਦੀ ਨਿੱਕੀ ਜਿਹੀ ਸਟੇਟ ਦੀ ਇੱਕ ਸਰਕਾਰ ਇਹ ਐਡਾ ਵੱਡਾ ਕਰਮ, ਐਡਾ ਸਵਾਬ ਲੈ ਸਕਦੀ ਹੈ, ਤਾਂ ਮੋਦੀ ਸਾਹਿਬ ਨੂੰ ਵੀ ਇਹਦੇ ਵਿੱਚ ਮਦਦ ਕਰਨੀ ਚਾਹੀਦੀ ਹੈ। ਬਾਕੀ ਜਿਹੜਾ ਸਾਨੂੰ ਇੱਕ ਬੜਾ ਵੱਡਾ ਇਤਰਾਜ਼ ਜਿਹੜਾ ਹੈ, ਆਹ ਦੇਖੋ, ਆਹ ਸਾਡੇ ਇੱਕ ਉਹਦੇ 'ਚ ਸਭ ਤੋਂ ਉੱਪਰ ਹੈ ਸ਼੍ਰੀ ਭਾਰਤ ਭੂਸ਼ਣ ਆਸ਼ੂ ਜੀ, ਫੂਡ ਸਪਲਾਈ ਮੰਤਰੀ ਪੰਜਾਬ। ਨੰਬਰ 2 'ਤੇ ਬੀਬਾ ਸਰਬਜੀਤ ਕੌਰ ਮਾਣੂਕੇ, MLA ਜਗਰਾਓਂ। ਸ਼੍ਰੀ ਸੁਰਿੰਦਰ ਡਾਵਰ, MLA ਲੁਧਿਆਣਾ ਕੇਂਦਰੀ। ਇਹ ਪਹਿਲੇ ਨੰਬਰ ਅਤੇ ਤੀਜੇ ਨੰਬਰ ਵਾਲਿਆਂ ਦਾ, ਭਾਰਤ ਭੂਸ਼ਣ ਆਸ਼ੂ ਜੀ ਦਾ, ਸੁਰਿੰਦਰ ਡਾਵਰ ਜੀ ਦਾ, ਇਹਨਾਂ ਦੀ ਤਾਂ ਅਪਰੂਵਲ ਆ ਜਾਂਦੀ ਹੈ, ਅਤੇ ਬੀਬਾ ਸਰਬਜੀਤ ਕੌਰ ਮਾਣੂਕੇ ਜੀ ਦਾ ਕਿਉਂ ਨਹੀਂ ਆਇਆ? ਅਤੇ ਨਾਲ ਸਾਡੇ 4 ਹੋਰ ਸਾਥੀ ਨੇ, ਜਿਨ੍ਹਾਂ 'ਚ ਸਰਦਾਰ ਮਨਜੀਤ ਸਿੰਘ ਜੀ ਬਿਲਾਸਪੁਰ, ਜਿਹੜੇ ਕਿ MLA ਨੇ ਨਿਹਾਲ ਸਿੰਘ ਵਾਲੇ ਤੋਂ, ਸਰਦਾਰ ਕੁਲਵੰਤ ਸਿੰਘ ਜੀ ਪੰਡੋਰੀ, ਜਿਹੜੇ ਕਿ MLA ਨੇ ਮਹਿਲ ਕਲਾਂ ਤੋਂ, ਮਾਸਟਰ ਬਲਦੇਵ ਸਿੰਘ ਜੀ
जेडे एम एल ए ने जैतो तो सरदार जगतार सिंह जी जग्गा हिस्सोवाल जेडे रायकोट तो एम एल ए ने इन्हों के भी परमिशन नहीं आई की गल क्यों नहीं आई सानू इस गल बहुत इतराज है। ਰੋਪੜ ਦੇ ਮੁਹੱਲਾ ਛੋਟਾ ਖੇੜਾ ਦੇ ਵਿੱਚ ਇੱਕ ਸਕੂਲੀ ਬੱਚੇ ਨਾਲ ਭਰਿਆ ਹੋਇਆ ਆਟੋ ਹਾਦਸਾਗ੍ਰਸਤ ਹੋ ਗਿਆ। ਇਸ ਕਰਕੇ ਕਈ ਬੱਚੇ ਜ਼ਖਮੀ ਹੋ ਗਏ ਨੇ ਜਦਕਿ ਤਿੰਨ ਬੱਚਿਆਂ ਦੇ ਗੰਭੀਰ ਸੱਟਾਂ ਲੱਗੀਆਂ ਨੇ। ਜ਼ਖਮੀ ਹੋਏ ਬੱਚਿਆਂ ਨੂੰ ਸਥਾਨਕ ਲੋਕਾਂ ਨੇ ਤੁਰੰਤ ਸਰਕਾਰੀ ਹਸਪਤਾਲ ਦੇ ਵਿੱਚ ਪਹੁੰਚਾਇਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ। ਹਾਦਸੇ ਤੋਂ ਬਾਅਦ ਆਟੋ ਚਾਲਕ ਜ਼ਖਮੀ ਬੱਚਿਆਂ ਨੂੰ ਛੱਡ ਕੇ ਫਰਾਰ ਹੋ ਗਿਆ। ਆਟੋ ਮਾਲਕ ਦਾ ਕਹਿਣਾ ਹੈ ਕਿ ਉਸ ਦੇ ਕੋਲ ਚਾਲਕ ਦਾ ਕੋਈ ਸੰਪਰਕ ਨਹੀਂ ਹੈ। ਦੂਜੇ ਪਾਸੇ ਜਿਸ ਸਕੂਲ ਦੇ ਵਿੱਚ ਇਹ ਬੱਚੇ ਜਾ ਰਹੇ ਸਨ ਉਸ ਨਿੱਜੀ ਸਕੂਲ ਦੇ ਪ੍ਰਬੰਧਕ ਨੇ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜਦੇ ਹੋਏ ਕਿਹਾ ਕਿ ਸਕੂਲ ਵੱਲੋਂ ਟਰਾਂਸਪੋਰਟ ਸਹੂਲਤ ਬੰਦ ਕੀਤੀ ਹੋਈ ਹੈ ਅਤੇ ਮਾਪੇ ਆਪਣੀ ਜ਼ਿੰਮੇਵਾਰੀ 'ਤੇ ਹੀ ਬੱਚਿਆਂ ਨੂੰ ਆਪਣੇ ਪੱਧਰ 'ਤੇ ਟਰਾਂਸਪੋਰਟ ਰਾਹੀਂ ਸਕੂਲ ਭੇਜਦੇ ਨੇ। ਬੱਚੋਂ ਕੋ ਦੇਖਣਾ ਹੈ ਬੱਚੇ ਟੋਟਲ ਵਧੀਆ ਉਨਕੇ ਕਿਤਨ ਹੋ ਰਹਾ ਉਨਕਾ। और सर आपके स्कूल के लिए जो कन्वेंस ऑटो का इस्तेमाल किया जा रहा है ऑटो तो वैलिड होता ही नहीं बच्चों को लाने के लिए। हमारा अरेंजमेंट नहीं है, ये हमारा अरेंजमेंट नहीं है। स्कूल ने ट्रांसपोर्ट बंद कर दी, स्कूल की कोई ट्रांसपोर्ट नहीं है। पेरेंट्स ने अपना अरेंजमेंट किया हुआ, हमारा अरेंजमेंट नहीं है। स्कूल ने ट्रांसपोर्ट अपनी बंद की तभी सर उन्होंने मजबूर होकर उनको इसको फोन नहीं कर सकते। वी कैन नॉट टेक द रिस्पॉन्सिबिलिटी, तो इस करके हमने इसको बंद कर दिया। ਇਹ ਨੇਤਾ ਜੀ ਸੀ ਮਾਡਲ ਸਕੂਲ 'ਚ ਬੱਚੇ ਛੱਡਦਾ ਜੀ, ਇਹਦੇ 'ਚ 15-20 ਬੱਚੇ ਲੱਦ ਕੇ ਜਾਂਦਾ ਜੀ, ਠੀਕ ਹੈ ਜੀ। ਅਤੇ ਇਹ ਚੰਜ ਘਰ ਕੋਲ ਹੋਇਆ ਜੀ, ਉੱਪਰ ਪੋਮੀ ਸੋਨੀ ਦੇ ਘਰ ਦੇ ਕੋਲ। ਮੁਹੱਲੇ ਵਾਲੇ ਛੱਡ ਕੇ ਗਏ ਜੀ ਬੱਚਿਆਂ ਨੂੰ, ਆਟੋ ਵਾਲਾ ਉਹਨੂੰ ਛੱਡ ਕੇ ਗਿਆ, ਠੀਕ ਹੈ ਜੀ। ਅਤੇ ਇਹ ਬਾਲਾ ਕਹਿੰਦਾ ਜੀ ਮੈਨੂੰ ਨਾ ਡਰਾਈਵਰ ਦਾ ਪਤਾ ਜੀ, ਨਾਮ ਨਾ ਉਹਦਾ ਫੋਨ ਨੰਬਰ ਹੈ ਜੀ, ਨਾ ਮੈਨੂੰ ਐਡਰੈਸ ਪਤਾ ਜੀ। ਕਿੰਨੇ ਬੱਚੇ ਜ਼ਖਮੀ ਹੈ? ਬੱਚੇ 3 ਜ਼ਖਮੀ ਹੈ ਜੀ। ਕਿੰਨੇ ਕੀ ਹਾਲਾਤ? ਕਿੰਨੇ ਇੱਕ ਦੀ ਬਾਂਹ ਟੁੱਟ ਗਈ ਜੀ, ਲੱਤ ਟੁੱਟ ਗਈ, ਇੱਕ ਦੇ ਸਿਰ 'ਤੇ ਟਾਂਕੇ ਲੱਗੇ ਜੀ 15-20, ਇੱਕ ਪਰਮਾਰ ਦੇ ਜੀ। ਅੰਕਲ ਉਹ ਨਾ ਆਟੋ ਸਿੱਧਾ ਲੈ ਕੇ ਜਾ ਰਹੇ ਤੇ ਆਪਾਂ ਇੱਕ ਨਾ ਕੁੜੀ ਆਟੋ 'ਚ ਬੈਠਣੀ ਰਹਿੰਦੀ ਤੀ, ਫਿਰ ਉਹ ਸਿੱਧਾ ਨਾ ਬ੍ਰੇਕ ਨਹੀਂ ਵੱਜੀ ਆਟੋ ਦੀ, ਉਹ ਦੀਵਾਰ ਮੈਂ ਜਾ ਕੇ ਵੱਜਦਾ ਤਾਂ ਮੇਰਾ ਸਿਰ ਵੀ ਦੀਵਾਰ ਮੈਂ ਵੱਜਿਆ। ਡਰਾਈਵਰ ਉੱਥੇ ਭੱਜ ਗਿਆ ਤਾਂ? ਪਤਾ ਨਹੀਂ ਜੀ, ਉਹ ਉੱਥੇ ਹੋ ਗਿਆ ਭੱਜ ਗਿਆ। ਤੁਹਾਨੂੰ ਕੌਣ ਲੈ ਗਿਆ ਹੋਸਪਿਟਲ? ਹਾਂਜੀ ਹੋਸਪਿਟਲ ਕੌਣ ਲੈ ਗਿਆ? ਅੰਕਲ ਉੱਥੇ ਨਾ ਜਿਹੜੀ ਕੁੜੀ ਰਹਿੰਦੀ ਤੀ ਨਾ ਬੈਠਣੀ, ਉਹਦੇ ਪਾਪਾ ਲੈ ਕੇ ਆਏ। ਬੇਟੇ ਕਿੰਨੇ ਬੱਚੇ ਸੀਗੇ ਆਟੋ ਵਿੱਚ? 10-15 ਸੀਗੇ ਜੀ। ਤਰਨ ਤਾਰਨ ਦੀ ਪੁਲਿਸ ਨੇ ਨਕਲੀ CID ਇੰਸਪੈਕਟਰ ਬਣ ਕੇ ਲੋਕਾਂ ਨਾਲ ਠੱਗੀਆਂ ਮਾਰਨ ਵਾਲੇ ਵਿਅਕਤੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪ੍ਰੈਸ ਕਾਨਫਰੰਸ ਦੇ ਦੌਰਾਨ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਪੁਲਿਸ ਚੌਂਕੀ ਇੰਚਾਰਜ ਨਸ਼ਹਿਰਾ ਪੰਨੂਆਂ ਦੇ ESI ਚਰਨ ਸਿੰਘ ਨੂੰ ਸੂਚਨਾ ਮਿਲੀ ਕਿ ਕਪਿਲ ਕਾਂਤ ਸ਼ਾਸਤਰੀ ਵਾਸੀ ਹਨੂੰਮਾਨਗੜ੍ਹ ਰਾਜਸਥਾਨ, ਜਿਸ ਨੇ CID ਵਿਭਾਗ ਦੇ ਇੰਸਪੈਕਟਰ ਦਾ ਨਕਲੀ ID ਕਾਰਡ ਬਣਾਇਆ ਹੋਇਆ ਅਤੇ ਖੁਦ ਨੂੰ CID ਇੰਸਪੈਕਟਰ ਦੱਸ ਕੇ ਲੋਕਾਂ ਨਾਲ ਠੱਗੀਆਂ ਮਾਰ ਰਿਹਾ, ਤਾਂ ਤੁਰੰਤ ਉਹਨਾਂ ਪੁਲਿਸ ਪਾਰਟੀ ਸਮੇਤ ਬੱਸ ਅੱਡਾ ਨਸ਼ਹਿਰਾ ਪੰਨੂਆਂ ਤੋਂ ਉਕਤ ਵਿਅਕਤੀ ਨੂੰ ਕਾਬੂ ਕਰ ਲਿਆ। ਪੁਲਿਸ ਵੱਲੋਂ ਇਸ ਵਿਅਕਤੀ ਦੇ ਖਿਲਾਫ਼ ਥਾਣਾ ਸਰਹਾਲੀ ਵਿਖੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। SHO ਸਰਹਾਲੀ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਕਪਿਲ ਕਾਂਤ ਸ਼ਾਸਤਰੀ ਨਾਂ ਦਾ ਬੰਦਾ ਹੈ ਜਿਹੜੇ ਨੇ CID ਇੰਸਪੈਕਟਰ ਦਾ ਇੱਕ ਜਾਲੀ ID ਕਾਰਡ ਬਣਾਇਆ ਹੋਇਆ ਹੈ, ਤਾਂ ਇਸ ID ਕਾਰਡ ਦੇ ਥਰੂ ਉਹ ਬੇਸਿਕਲੀ ਲੋਕਾਂ ਨੂੰ ਧੋਖਾ ਦਿੰਦਾ ਹੈ ਅਤੇ ਧੋਖਾਧੜੀ ਦੇ ਕੰਮ ਕਰਦਾ ਹੈ। ਇਹ 'ਤੇ ਕਾਰਵਾਈ ਕਰਦੇ ਹੋਏ ਉਹ ਬੰਦੇ ਨੂੰ ਵੈਰੀਫਾਈ ਕੀਤਾ ਗਿਆ ਅਤੇ ਉਹਦੇ ਕੋਲੋਂ CID ਇੰਸਪੈਕਟਰ ਦਾ ਇੱਕ ਜਾਲੀ ਕਾਰਡ ਵੀ ਬਰਾਮਦ ਕੀਤਾ ਗਿਆ ਹੈ। ਫਰਦਰ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਨਸ਼ਹਿਰਾ ਪੰਨੂਆਂ ਦੇ ਵਿੱਚ ਹੀ ਇੱਕ ਸਕੂਲ ਦੇ ਵਿੱਚ ਟੀਚਰ ਸੀਗਾ ਅਤੇ ਇਹ 'ਤੇ ਸੰਬੰਧਿਤ ਧਾਰਾਵਾਂ ਤਹਿਤ ਇੱਕ ਪਰਚਾ ਦਰਜ ਕਰ ਲਿਆ ਗਿਆ ਅਤੇ ਜਿਹਦੇ ਵਿੱਚ ਪੁੱਛਗਿੱਛ ਕੀਤੀ ਜਾ ਰਹੀ ਹੈ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਅੱਜ ਸੁਲਤਾਨਪੁਰ ਲੋਧੀ ਵਿਖੇ ਵਿਲੱਖਣ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ ਗਿਆ। ਇਹ ਪ੍ਰਦਰਸ਼ਨੀ ਬਿਊਰੋ ਆਫ਼ ਆਊਟਰੀਚ ਐਂਡ ਕਮਿਊਨੀਕੇਸ਼ਨ ਸੂਚਨਾ ਅਤੇ ਪ੍ਰਸਾਰਣ ਵਿਭਾਗ ਭਾਰਤ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂ ਨਾਨਕ ਸਟੇਡੀਅਮ ਦੇ ਵਿੱਚ ਲਗਾਈ ਗਈ ਹੈ। ਇਸ ਪ੍ਰਦਰਸ਼ਨੀ ਦੇ ਜ਼ਰੀਏ ਸ਼ਰਧਾਲੂਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸੰਬੰਧਿਤ ਇਤਿਹਾਸ ਮੁਤਲਕ ਜਾਣਕਾਰੀ ਦਿੱਤੀ ਜਾਵੇਗੀ। ਇਸ ਮੌਕੇ ਉਹਨਾਂ ਨਾਲ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਵੀ ਮੌਜੂਦ ਸਨ। ਉਦਘਾਟਨ ਉਪਰੰਤ ਦੋਵੇਂ ਮੰਤਰੀਆਂ ਨੇ ਪ੍ਰਦਰਸ਼ਨੀ ਦੇਖੀ ਅਤੇ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਬਾਰੇ ਵਿਸ਼ੇਸ਼ ਜਾਣਕਾਰੀ ਵੀ ਪ੍ਰਦਰਸ਼ਨੀ ਵਿੱਚ ਲੱਗੇ ਆਧੁਨਿਕ ਸਾਊਂਡ ਸਿਸਟਮ ਦੇ ਨਾਲ ਪ੍ਰਾਪਤ ਕੀਤੀ। 550ਵੇਂ ਇਸ ਸਾਲ ਮੇ ਲੋਕ ਪੂਰੇ ਵਿਸ਼ਵ ਭਰ ਮੇ ਉਨਕੋ ਯਾਦ ਕਰ ਰਹੇ ਹੈ ਔਰ ਕਿਤਨਾ ਸਾਰਥਕ ਸੰਦੇਸ਼ ਦਿਆ। ਹਮ ਕਹਿ ਸਕਤੇ ਯੇ ਮਾਈਕ ਇਸਨੇ ਬਣਾਇਆ, ਯੇ ਕੈਮਰਾ ਉਸਨੇ ਬਣਾਇਆ, ਯੇ ਰੁਮਾਲ ਉਸਨੇ ਬਣਾਇਆ, ਲੇਕਿਨ ਵਿਸ਼ਵ ਕਿਸਨੇ ਬਣਾਇਆ? ਦੁਨੀਆ ਬਣਾਈ ਓਮਕਾਰ, ਏਕ ਓਮਕਾਰ, ਯੇ ਉਨਕੀ ਭਾਵ ਹੈ ਔਰ ਉਹਨਾਂ ਨੇ ਜੋ ਸੀਖ ਦੀ
किरत करो, यानी मेहनत करो लेकिन प्रामाणिक मेहनत करो और प्रामाणिकता से मेहनत करो। तो ये किरत करो है, वनडे चखो, मैं अभी आया चक्कर भी तो, और नाम जपो। नाम जपो में तो ऐसा है कि जिंदगी भर पहले सांस से लेकर अंतिम सांस तक मनुष्य का कोई साथी है तो वो नाम है, नाम सत्य है। और इसलिए बाकी सुविधाएं आएगी जाएगी, बाकी लाभ आप जोर से कर सकते हो नहीं कर सकते हो, लेकिन नाम ही आपको आखिर तक साथ देगा। श्री गुरु नानक देव जी के 550वें प्रकाश पर्व को मुख रखद सूबा सरकार वालों 11 नवंबर को गजटेड छुट्टी का ऐलान कर दिया गया। इस दौरान पंजाब के सारे दफ्तर, बोर्ड, विद्यक अदारे ते कारपोरेशन दफ्तर बंद रहेंगे। इस दे नाल ही पंजाब ते हरियाणा हाई कोर्ट ते इस दे अधीन आउंदियां सारियां अदालतां दे विच वी 11 तरीक नूं छुट्टी दा ऐलान कीता गया। जिक्र खास है कि 550 साला प्रकाश पुरब नूं लैके दुनिया भर दे विच वसदी नानक नामलेवा संगत दे विच भारी उत्साह पाया जा रहा है ते ओह गुरु नानक साहिब जी दा प्रकाश दिहाड़ा मनाउण दे लई वड्डी गिणती दे विच सुल्तानपुर लोधी दी पवित्र धरती दे उत्ते पहुँच रहियां ने। लुधियाणा के गिल रोड के उत्ते अज बाद दुपहर 4 हथियारबंद लुटेरिया वालों एक रोलिंग मिल के मुलाजम नूं बंदी बनाने तो बाद 7.5 लाख रुपए की नकदी लुट के लै जाने का मामला सामने आया। घटना अज बाद दुपहर 4 बजे दसी जा रही है। सूचना मिलने तो बाद पुलिस अधिकारी मौके के उत्ते पहुंचे तो पड़ताल शुरू कर दी। असी इत्थे 3 मंदे बैठे थे जी, एक मैं सी, एक आपा जी साहब सी, एक पार्टी का मतलब असी चेक लैन आया सी। इन्हां नूं अपने 4 बंदे आए जी, हेलमेट पाए सी, उन्हें मूँह दे रुमाल बन्निया सी ते आंदे उन्होंने एक ने घोड़ा तान लिया, कहिंदा अखां नीवें करके बह जाओ ते सानूं बाहां दी इत्थे टेप लाती, लत्तां दी बन्नती, मूँह बन्नते साडे ते खोला खाली की इत्थे 5-7 मिनट मसां लगे जी उन्होंने। इन्हों भाई साहब साढ़े अपने दूसरे बैंक गए थे, वह बाहर निकले, इन्हें कुंडी लाई से हम सुते अगर कोई समान गिणने पे बाहर निकले, ये अंदर आ रहे थे, इन्हों फट के इन्होंने अंदर करके कुर्सी बन गए। ਏਸੀ ਅਜੀਤ ਖਬਰਾਂ ਦਾ ਵਿਸ਼ੇਸ਼ ਬੁਲੇਟਿਨ ਤਾਜ਼ਾ ਤਰੀਨ ਅਤੇ ਨਵੀਆਂ ਹੋਰ ਖਬਰਾਂ ਲੈ ਕੇ ਦੋਸਤੋ ਅਸੀਂ ਕੱਲ੍ਹ ਨੂੰ ਇਸੇ ਵਕਤ ਮੁੜ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ, ਬਹੁਤ ਬਹੁਤ ਮਿਹਰਬਾਨੀ।